ਸਰਵਦਾ ਪਲਾ ਚੈਰੀਟੇਬਲ ਟਰਸਟ ਵੱਲੋਂ ਅਪ੍ਰੈਲ ਮਹੀਨੇ ਤੋਂ ਜਿਹੜਾ ਸਾਡਾ ਰਾਸ਼ਨ ਵੰਡ ਸਰੋਵ ਚੱਲ ਰਹੇ ਨੇ ਜਿਨ੍ਹਾਂ ਚ ਅਸੀਂ ਰਾਸ਼ਨ ਸਾਰਾ ਪੰਜਾਬ ਹੋ ਗਿਆ ਨਾਲਾਗੜ ਸਾਈਡ ਬੱਦੀ ਸਾਈਡ ਹੈ ਸ਼੍ਰੀ ਗੰਗਾ ਨਗਰ ਜਾ ਸ਼ਿਰੀਨਗਰ ਜੰਮੂ ਤੇ ਇਸ ਸਾਈਡ ਤੇ ਸਾਰਾ ਅਸੀਂ ਜਿਹੜਾ ਰਾਸ਼ਨ ਵੰਡ ਰਹੇ ਹਾਂ ਜਿਨ੍ਹਾਂ ਵਿੱਚ ਸਾਡੇ ਪਹਿਲਾਂ ਤਾਂ ਜਿਹੜੀਆਂ ਸਾਡੇ ਕੋਲ ਰਜਿਸਟ੍ਰੇਸ਼ਨ ਹੋਈਆਂ ਹੋਈਆਂ ਨੇ ਜਿਹੜੇ ਚਾਹੇ ਵਿਡੋ ਪੈਨਸ਼ਨ ਸਕੀਮ ਦੇ ਲੇਡੀ ਲੇਡੀਜ਼ ਹੈਗੀਆਂ ਨੇ ਚਾਹੇ ਐਜੂਕੇਸ਼ਨ ਦੀ ਫੈਮਿਲੀ ਹੈਗੀਆਂ ਨੇ ਜਾ ਫਿਰ ਮੈਡੀਕਲ ਦੀ ਜਿਹੜੀ ਸਾਡੇ ਹੈਲਪ ਲੈ ਰਹੇ ਨੇ ਉਹਨਾਂ ਦੀ ਫੈਮਲੀ ਆਗੇ ਇਹ ਦਿੱਤੇ ਜਾ ਰਹੇ ਸੀ ਕੁਝ ਅਸੀਂ 15 20% ਪ੍ਰਸ਼ਾਸਨ ਤੋਂ ਵੀ ਸਾਡੇ ਕੋਲ ਲਿਸਟ ਆਈਆਂ ਸੀ ਜਿਹੜੀਆਂ ਸੋ ਉਹਨਾਂ ਨੂੰ ਰਸ਼ਨ ਦੇ ਰਹੇ ਸੀ ਉਸ ਤੋਂ ਬਾਅਦ ਫਿਰ ਗਰੰਥ ਸਿੰਘ ਆਗੇ ਤੇ ਉਹਨਾਂ ਨੂੰ ਵੀ ਅਸੀਂ ਰਸ਼ਨ ਦੇਣਾ ਸ਼ੁਰੂ ਕੀਤਾ ਤੇ ਇਹਦੇ ਨਾਲ ਨਾਲ ਫਿਰ ਜਿਸ ਲਈ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਦੇ ਲੋਕ ਸੀ ਇਹ ਵੀ ਸਾਡੇ ਕੋਲ ਆਏ ਪੱਤਰਕਾਰ ਸਾਡੇ ਕੋਲ ਆਇਆ ਜਿਨ੍ਹਾਂ ਨੂੰ ਵਾਕਈ ਹੀ ਰਾਸ਼ਨ ਦੀ ਲੋੜ ਸੀ ਕਿਉਂਕਿ 2 ਟਾਈਮ ਇੰਨੇ ਹੋ ਚਲੇ ਨੇ ਲਾਕਡਾਊਨ ਨੂੰ ਤੇ ਤਕਰੀਬਨ ਤਰ੍ਹਾਂ-ਤਰ੍ਹਾਂ ਵੀ ਨਹੀਂ ਮਿਲੀਆਂ ਲੋਕਾਂ ਨੂੰ ਤੇ ਰਾਸ਼ਨ ਸਮਗਰੀ ਵੱਲੋਂ ਇਹਨਾਂ ਲੋਕਾਂ ਨੂੰ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ ਜਿੱਥੇ ਸਾਰੇ ਸਿਰਾਂ ਨੂੰ ਰਾਸ਼ਨ ਮਹੀਨੇ ਮਿਲਦਾ ਵੰਡ ਰਹੇ ਆ ਤੇ ਸਾਡੇ ਹੁਣ ਜੂਨ ਮਹੀਨੇ ਸਾਡੇ ਜਿਹੜੀ ਕੇਪ ਜਾਣੀਆਂ ਥਰਡ ਕੇਪ ਹੈ ਸਾਡੀ ਇਹ ਵੀ ਸਾਡੀ ਤਿਆਰ ਹੁੰਦੀ ਜਾ ਰਹੀ ਹੈ ਇੱਥੇ ਸਾਨੂੰ ਫਿਰ ਇਹਨਾਂ ਨੇ ਕਿਨਰਸ ਜਿਹੜੇ ਨੇ ਸਾਡੇ ਇਹਨਾਂ ਨੇ ਸਾਨੂੰ ਅਮਰਸਰ ਕੰਟੈਕਟ ਕੀਤਾ ਸੀ ਕਿ ਸਾਡੇ ਵੀ ਜਿਹੜੇ ਕਿਉਂਕਿ ਇਹ ਸਾਡੀ ਹਰ ਖੁਸ਼ੀ ਦੇ ਵਿੱਚ ਸਾਡੇ ਭਾਗੀਦਾਰ ਬਣਦੇ ਨੇ ਤੇ ਅੱਜ ਕੱਲ ਜਿਹੜਾ ਇਹ ਵੀ ਕੰਮ ਸਾਰਾ ਬੰਦ ਹੋਇਆ ਹੋਇਆ ਤੇ ਇਹਨਾਂ ਨੂੰ ਵੀ ਰੈਸ਼ਨ ਸਮਗਰੀ ਦੀ ਲੋੜ ਸੀ ਫਿਰ ਡਿਸਟ੍ਰਿਕਟ ਵਾਈਜ਼ ਆਪਾਂ ਸਾਡੇ ਹਰ ਡਿਸਟ੍ਰਿਕਟ ਵਿੱਚ ਸਾਡੇ ਆਫਿਸ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਮਿਲ ਕੇ ਤੇ ਇਹਨਾਂ ਦੀਆਂ ਲਿਸਟਾਂ ਤਿਆਰ ਕਰੋ ਸਾਡੇ ਕੋਲ ਤਕਰੀਬਨ 9-10 ਡਿਸਟ੍ਰਿਕਟ ਦੀਆਂ ਲਿਸਟਾਂ ਨੇ ਇਹਨ 50 60 70 ਜਿਹੜੇ ਨੇ ਉਹ ਹੈਗੇ ਨੇ ਉਹਨਾਂ ਦੀ ਲਿਸਟਾਂ ਸਾਰੀਆਂ ਬਣ ਚੁੱਕੀਆਂ ਨੇ ਤੇ ਮੇਰਾ ਬਸੇ ਕਿਸੇ ਵੀ ਡਿਸਟ੍ਰਿਕਟ ਹੋਰ ਨੂੰ ਤੁਸੀਂ ਜੇ ਸੁਣ ਰਹੇ ਹੋ ਮੇਰੀ ਤੇ ਜੇ ਹੋਰ ਵੀ ਕੋਈ ਕਿਨਰਸ ਹੋਣ ਜਿਨ੍ਹਾਂ ਨੂੰ ਰਸ਼ਨ ਸਮਗਰੀ ਦੀ ਲੋੜ ਹੋਵੇ ਕਿਸੇ ਵੀ ਡਿਸਟ੍ਰਿਕਟ ਵਿੱਚ ਹੋਣ ਤੁਸੀਂ ਸਾਡੇ ਪਟਿਆਲਾ ਹੈੱਡ ਆਫਿਸ 'ਤੇ ਫੋਨ ਕਰੋ ਨੰਬਰ ਹੈਗਾ 0175 228 4177 ਇੱਥੇ ਕਾਲ ਕਰਕੇ ਜਿਹੜੇ ਡਿਸਟ੍ਰਿਕਟ ਤੋਂ ਬੋਲ ਰਹੇ ਹੋ ਉਸ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਦਾ ਜਨਰਲ ਸਕੱਤਰ ਦਾ ਨੰਬਰ ਲੈ ਲਓ ਤੇ ਉਹਨਾਂ ਨੂੰ ਤੁਸੀਂ ਲਿਸਟਾਂ ਦੇ ਦਿਓ ਜਿੱਦਾਂ ਸਾਡੇ ਕੋਲ ਲਿਸਟਾਂ ਪਹੁੰਚ ਜਾਣਗੀਆਂ ਇਹ ਚ ਕੋਈ ਸਾਡੀ ਗਿਣਤੀ ਤੈਅ ਨਹੀਂ ਹੈ ਤੁਸੀਂ 2000 ਹੋਵੋ 4000 ਹੋਵੋ 5000 ਹੋਵੋ ਅਸੀਂ ਅਗਲੇ 3-4 ਮਹੀਨੇ ਦਾ ਜਿਹੜਾ ਰਾਸ਼ਨ ਹੈ ਤਾਂ ਹਰ ਮਹੀਨੇ ਉਹ ਤੁਹਾਡੇ ਘਰਾਂ ਦੇ ਵਿੱਚ ਪਹੁੰਚਾਵਾਂਗੇ